ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ? ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ, ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਅਤੇ ਖੁਸ਼ਹਾਲ ਹੋਵੋਗੇ। ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਮੈਂ ਵੀ ਠੀਕ ਠਾਕ ਹਾਂ। ਅਤੇ ਸੋ ਅੱਜ ਦਾ ਵਲੋਗ ਆਪਾਂ ਕਰਨ ਲੱਗੇ ਹਾਂ ਦੁਪਹਿਰ ਦੇ 12 ਵਜੇ ਤੋਂ ਸ਼ੁਰੂ, ਅਤੇ ਤਰੀਕ ਹੈਗੀ ਆ ਜੀ 8 ਜੂਨ। ਅਤੇ ਅੱਜ ਤਾਂ ਆਪਣੇ ਮਿਸਤਰੀ ਵੀ ਨਹੀਂ ਸੀ ਆਏ ਹੋਏ, ਅਤੇ ਆਪਾਂ ਸਵੇਰ ਦੇ ਕੰਮ ਧੰਦੇ ਨਿਬੇੜ ਕੇ ਰੋਟੀ ਪਾਣੀ ਖਾ ਕੇ, ਅਤੇ ਸਫਾਈਆਂ ਤਾਂ ਚਲੋ ਮੈਂ ਕੀਤੀਆਂ ਨਹੀਂ ਸੀ ਕਿਉਂਕਿ ਅੱਜ ਮੈਨੂੰ ਇਹ ਸੀ ਮੈਂ ਰੋਟੀ ਪਾਣੀ ਕਰਕੇ ਤਾਂ ਰੈਸਟ ਕਰੂੰਗੀ, ਅਤੇ ਬਟ ਰੈਸਟ ਲਿਖੀ ਨਹੀਂ ਹੋਈ ਸਾਡੇ ਕਰਮਾਂ ਦੇ ਵਿੱਚ। ਅਤੇ ਚਲੋ ਕੋਈ ਨਹੀਂ, ਸਾਡੇ ਨਾ ਉੱਧਰ ਮੰਡ ਦੇ ਵਿੱਚ ਪੈਲੀਆਂ ਦੇ ਵਿੱਚ ਖੱਡੇ ਜੇ ਮਾਰਨ ਦੇ ਆ, ਅਤੇ ਉੱਥੇ ਆਪਣੇ ਬੰਦੇ ਲੱਗੇ ਹੋਏ ਸੀ ਕੰਮ ਕਰਨ ਦਿਆ ਸੀ, ਅਤੇ ਉੱਥੋਂ ਫਿਰ ਫੋਨ ਆ ਗਿਆ ਕਿ ਉਹਨਾਂ ਵਾਸਤੇ ਰੋਟੀ ਬਣਾ ਦਿਉ। ਅੱਜ ਮਿਸਤਰੀ ਨਹੀਂ ਸੀ ਆਏ ਹੋਏ, ਅਤੇ ਫਿਰ ਉਹਨਾਂ ਵਾਸਤੇ ਰੋਟੀ ਤਾਂ ਬਣੀ ਪਈ ਸੀ, ਆਟਾ ਵੀ ਥੋੜ੍ਹਾ ਜਿਹਾ ਗੁੱਝਿਆ ਪਿਆ ਸੀ, ਆਪਣੇ ਵਾਸਤੇ ਰੋਟੀ ਬਣਾਈ ਬਟ ਖਾਧੀ ਨਹੀਂ, ਹਸੀ ਉਂਝੀ ਪਈ ਸੀ। ਫਿਰ ਜਿਹੜਾ ਥੋੜ੍ਹਾ ਜਿਹਾ ਆਟਾ ਚੱਕਿਆ ਸੀ ਉਹਦੀ ਮੈਂ ਰੋਟੀ ਲਾ ਕੇ ਅਤੇ ਰੱਖ ਲਈ ਸੀ, ਅਤੇ ਉਸ ਤੋਂ ਬਾਅਦ ਸਬਜ਼ੀ ਤਾਂ ਕੋਈ ਦਿਮਾਗ ਦੇ ਵਿੱਚ ਕੋਈ ਆਈਡੀਆ ਨਹੀਂ ਆਇਆ ਕਿਉਂਕਿ ਟਾਈਮ ਕਾਫੀ ਲੱਗ ਜਾਣਾ ਸੀ, ਸੋ ਇੰਨਾ ਟਾਈਮ ਨਹੀਂ ਲਗਾਉਣਾ ਕਿਉਂਕਿ ਉਹ ਫਿਰ ਰੋਟੀ ਜਲਦੀ ਖੜਨੀ ਸੀ ਉੱਥੇ ਟਾਈਮ ਦੇ ਨਾਲ ਹੀ। ਅਤੇ ਇਸ ਕਰਕੇ ਫਿਰ ਥੋੜ੍ਹਾ ਜਿਹਾ ਪਨੀਰ ਲਿਆਂਦਾ, ਅਤੇ ਮੈਂ ਸੋਚਿਆ ਤਰੀ ਵਾਲਾ ਪਨੀਰ ਬਣਾ ਲਈਏ, ਜਿਵੇਂ ਭੁਰਜੀ ਜੀ ਉਹ ਮਤਲਬ ਥੋੜ੍ਹੀ ਜਿਹੀ ਬਣ ਜਾਣੀ ਸੀ, ਅਤੇ ਇਸ ਕਰਕੇ ਫਿਰ ਮੈਂ ਸੋਚਿਆ ਕਿ ਮਿਕਸ ਕਰਕੇ ਜਿਵੇਂ ਗੰਢੇ ਅਤੇ ਟਮਾਟਰ ਕਟਰ ਕਰਕੇ ਅਤੇ ਉਹਨਾਂ ਨੂੰ ਤੜਕਾ ਲਗਾ ਕੇ ਪਨੀਰ ਉਂਝ ਤਰੀ ਜਿਹੇ ਵਾਲਾ ਬਣਾ ਲੈਂਦੇ ਹਾਂ, ਵਧੀਆ ਬਣ ਜਾਂਦਾ ਵਾ। ਸੋ ਮੈਂ ਇੱਥੇ ਗੰਢੇ ਮੰਮੀ ਨੇ ਕੱਟ ਦਿੱਤੇ ਸੀ, ਉਹਨੇ ਚਰਚ ਫਿਰ ਮੈਂ ਰੋਟੀਆਂ ਬਣਾ ਲਈਆਂ ਸੀ, ਅਤੇ ਮੈਂ ਤੜਕਾ ਲਗਾਉਣ ਲੱਗ ਪਈ ਇੱਕ ਪਾਸੇ, ਅਤੇ ਮੈਂ ਸ਼ਾਇਦ ਮਤਲਬ ਟਮਾਟਰ ਵਗੈਰਾ ਕਟਰ ਕਰਦੀ ਪਈ ਸੀ ਕਟਰ ਦੇ ਵਿੱਚ, ਉਹ ਵੀ ਪਾਵਾਂਗੇ। ਪਹਿਲਾਂ ਆਪਾਂ ਥੋੜ੍ਹੇ ਜਿਹੇ ਗੰਢੇ ਭੁੰਨਾਂਗੇ, ਉਸ ਤੋਂ ਬਾਅਦ ਟਮਾਟਰ ਪਾਵਾਂਗੇ। ਅਤੇ ਸੋ ਜਿਹੜੇ ਮੇਰੇ ਚੈਨਲ 'ਤੇ ਨਿਊ ਆਏ ਨੇ, ਮੇਰੇ ਚੈਨਲ ਨੂੰ ਜ਼ਰੂਰ ਕਰ ਲਿਓ ਸਬਸਕ੍ਰਾਈਬ, ਅਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਅਤੇ ਸੋ ਪਲੀਜ਼ ਮੇਰੀ ਵੀਡੀਓ ਨੂੰ ਫੁੱਲ ਬਹੁਤ ਸਾਰੇ ਜਣੇ ਜ਼ਰੂਰ ਕਰਿਆ ਕਰੋ। ਅਤੇ ਇੱਥੇ ਆਪਾਂ ਗੰਢੇ ਥੋੜ੍ਹੇ ਜਿਹੇ ਭੁੱਜ ਗਏ ਸੀ, ਉਸ ਤੋਂ ਬਾਅਦ ਮੈਂ ਟਮਾਟਰ ਵੀ ਪਾਤੇ ਸੀ, ਟਮਾਟਰ ਮੇਰੇ ਤੋਂ ਨਾ ਥੋੜ੍ਹੇ ਜਿਹੇ ਜ਼ਿਆਦਾ ਪੈ ਗਏ ਸੀ। ਮੈਂ ਨਾ ਫਸਟ ਟਾਈਮ ਟਰਾਈ ਕਰਦੀ ਪਈ ਹਾਂ ਰੈਸਪੀ, ਮੈਨੂੰ ਆਉਂਦੀ ਨਹੀਂ ਹੈ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ, ਅਤੇ ਮੈਂ ਫਸਟ ਟਾਈਮ ਟਰਾਈ ਕਰਦੀ ਪਈ ਹਾਂ ਕਿਉਂਕਿ ਮੈਂ ਕਈ ਭੈਣਾਂ ਨੂੰ ਦੇਖਿਆ ਵਾ ਵਲੌਗਸ ਦੇ ਵਿੱਚ, ਉਹਨਾਂ ਇਵੇਂ ਪਨੀਰ ਦੀ ਸਬਜ਼ੀ ਬਣਾਉਂਦੀਆਂ, ਬਟ ਮੈਂ ਕਦੇ ਟਰਾਈ ਨਹੀਂ ਕੀਤੀ। ਮੈਨੂੰ ਇਹ ਸੀ ਕਿ ਮੈਂ ਵੀ ਟਰਾਈ ਕਰਕੇ ਦੇਖਾਂ ਕਿ ਕਿੱਦਾਂ ਦੀ ਬਣਦੀ ਆ, ਬਟ ਸਾਨੂੰ ਨਾ ਅਸੀਂ ਟਮਾਟਰ ਕਦੇ ਖਾਧੇ ਨਹੀਂ ਆ, ਜਿਸ ਕਰਕੇ ਸਾਨੂੰ ਵਧੀਆ ਨਹੀਂ ਲੱਗਦੀ ਟਮਾਟਰ ਦੀ ਸਬਜ਼ੀ। ਸੋ ਮੈਨੂੰ ਇਹ ਚਾਹੀਦਾ ਸੀ ਕਿ ਮੈਂ ਥੋੜ੍ਹੇ ਜਿਹੇ ਪਾਵਾਂ, ਬਟ ਜ਼ਿਆਦਾ ਪੈ ਗਏ ਆ, ਸੋ ਸਬਜ਼ੀ ਦੀ ਥੋੜ੍ਹੀ ਜਿਹੀ ਖਰਾਬੀ ਹੋ ਗਈ ਟਮਾਟਰਾਂ ਦਾ ਕਰਕੇ। ਵੈਸੇ ਉਂਝ ਟੇਸਟੀ ਬਣੀ ਸੀ, ਟਮਾਟਰ ਹੀ ਜ਼ਿਆਦਾ ਪੈ ਗਏ ਸੀ, ਹੋਰ ਕੋਈ ਚੱਕਰ ਨਹੀਂ ਆ। ਮੈਨੂੰ ਇਹ ਸੀ ਕਿ ਟਮਾਟਰਾਂ ਦਾ ਪੇਸਟ ਜ਼ਿਆਦਾ ਪਾਇਆ ਅਤੇ ਸਬਜ਼ੀ ਜ਼ਿਆਦਾ ਟੇਸਟ ਬਣਦੀ ਆ, ਪਰ ਕੰਮ ਜ਼ਿਆਦਾ ਖਰਾਬ ਹੋ ਗਿਆ ਅੱਜ, ਅਤੇ ਚਲੋ ਕੋਈ ਨਾ, ਬਟ ਫਿਰ ਵੀ ਟੇਸਟ ਹੀ ਬਣੀ ਸੀ। ਉੱਧਰ ਆਪਾਂ ਪੈਲੀਆਂ ਦੇ ਮੰਡ 'ਚ ਵੀ ਭੇਜੀ ਸੀ, ਰੋਟੀ ਪੱਕੀ ਹੋਈ ਸੀ ਫਿਰ ਸਬਜ਼ੀ ਬਣਾ ਕੇ, ਅਤੇ ਉਸ ਤੋਂ ਬਾਅਦ ਥੋੜ੍ਹੀ ਜਿਹੀ ਚਾਹ ਬਣਾਈ ਫਿਰ ਨਾਲ ਦੀ ਨਾਲ। ਅਤੇ ਹੁਣ ਬਸ ਇੱਥੇ ਆਪਣਾ ਜਿਹੜਾ ਹੈਗਾ ਇਹ ਗੰਢੇ ਟਮਾਟਰ ਭੁੱਜਣ ਹੀ ਵਾਲੇ ਸੀ, ਟਾਈਮ ਜ਼ਿਆਦਾ ਲੱਗਣਾ ਕਿਉਂਕਿ ਗੈਸ ਸਲੋ ਸੀ ਅਤੇ ਗੈਸ ਖਤਮ ਹੋਣ ਵਾਲਾ ਸੀ, ਅਤੇ ਉਹ ਰਾਤ ਨੂੰ ਨਾ ਖਤਮ ਹੋ ਗਿਆ। ਫਿਰ ਰਾਤ ਨੂੰ ਫਿਰ ਰੋਟੀ ਗਈ ਸੀ, ਉਦੋਂ ਮੇਰੇ ਤੋਂ ਕੋਈ ਵਲੌਗ ਨਹੀਂ ਸ਼ੂਟ ਹੋਇਆ ਕਿਉਂਕਿ ਮੇਰੇ 'ਚ ਹਿੰਮਤ ਹੀ ਨਹੀਂ ਰਹੀ ਵਲੌਗ ਸ਼ੂਟ ਕਰਨ ਦੀ। ਮੈਨੂੰ ਇਹ ਸੀ ਕਿ ਅੱਜ ਮੈਂ ਰੈਸਟ ਕਰੂੰਗੀ, ਬਟ ਹੋਈ ਨਹੀਂ ਸਾਰਾ ਦਿਨ, ਫਿਰ ਮੈਨੂੰ ਕੰਮ 'ਤੇ ਹੀ ਲੱਗਣਾ ਪਿਆ ਕਿਉਂਕਿ ਫਿਰ ਮੈਨੂੰ ਇਹ ਸੀ ਫਿਰ ਮੈਂ ਮਤਲਬ ਕਿ ਰੋਟੀ ਪਾਣੀ ਸਬਜ਼ੀ ਬਣਾ ਕੇ ਰੋਟੀ
ਨਹਾ ਕੇ ਭੇਜ ਕੇ ਅਤੇ ਫਿਰ ਮੈਂ ਲੰਮੀ ਪੈਣ ਲੱਗੀ। ਬਟ ਉਨੀ ਚਿਰ ਨੂੰ ਸਿਕੰਦਰ ਸੁਲਤਾਨ ਉਹਨੇ ਉੱਠ ਗਏ। ਫਿਰ ਤਾਂ ਮਤਲਬ ਪਿਆ ਨਹੀਂ ਸੀ ਜਾਣਾ, ਕਿਉਂਕਿ ਉਹਨਾਂ ਨੇ ਫਿਰ ਬਾਹਰ ਧੁੱਪੇ ਫਿਰਨਾ ਹੀ ਜਾ ਆਪ ਸੌਂਗੇ, ਅਤੇ ਉਹਨਾਂ ਦਾ ਕਿੰਨੇ ਧਿਆਨ ਰੱਖਣਾ ਸੀ। ਉਹ ਬਹੁਤ ਫਿਰਦੇ ਆ ਧੁੱਪੇ, ਮੈਨੂੰ ਇਹ ਕਿ ਸੱਟ ਪਿੱਟ ਨਾ ਲਵਾ ਲੈਣ, ਕਿਉਂਕਿ ਅੱਜ ਕੋਈ ਬਾਹਰ ਵੀ ਨਹੀਂ ਹੋਣਾ, ਉਂਝ ਮਿਸਤਰੀ ਵੀ ਹੁੰਦੇ ਆ ਅਤੇ ਨਾਲ ਮਤਲਬ ਮੰਮੀ ਵੀ ਫਿਰਦੀ ਰਹਿੰਦੀ ਹੈ ਬਾਹਰ, ਭਾਂਡਾ ਛੰਨਾ ਚੁੱਕਦੀ ਰਹਿੰਦੀ। ਚਲੋ ਮੈਂ ਸੌਂ ਜਾਂਦੀ ਹਾਂ, ਅਤੇ ਬਟ ਅੱਜ ਨਹੀਂ ਸੁੱਤਾ ਜਾਣਾ ਕਿਉਂਕਿ ਮੰਮੀ ਵੀ ਨਹੀਂ ਸੀ ਠੀਕ, ਉਹ ਵੀ ਪਈ ਹੋਈ ਸੀ, ਅਤੇ ਫਿਰ ਬੱਚੇ ਵੀ ਉੱਠ ਗਏ, ਉਹਨਾਂ ਨੇ ਮੈਨੂੰ ਉਠਾ ਦਿੱਤਾ। ਅਤੇ ਫਿਰ ਮੈਂ ਮਤਲਬ ਕਿ ਆਪਣਾ ਜਿਹੜਾ ਕੰਮ ਧੰਦੇ ਸੀ ਹੌਲੀ ਹੌਲੀ ਉਹ ਕਰਨ ਲੱਗ ਪਈ। ਕਿਚਨ ਦੀ ਸਫਾਈ ਤਾਂ ਮੈਂ ਸਵੇਰੇ ਕਰ ਲਈ ਸੀ, ਰੋਟੀ ਪਾਣੀ ਬਣਾ ਕੇ ਜਦੋਂ ਆਪਣਾ ਸਵੇਰੇ ਬਣਾਇਆ ਸੀ ਨਾ, ਅਤੇ ਚਾਹ ਪਾਣੀ ਬਣਾਇਆ, ਭਾਂਡੇ ਮੰਮੀ ਨੇ ਮਾਂਜਤੇ ਸੀ, ਥੋੜ੍ਹਾ ਜਿਹਾ ਕੰਮ ਸੀ, ਅਤੇ ਮੈਨੂੰ ਇਹ ਸੀ ਮੈਂ ਕਿਹਾ ਮੰਮੀ ਸਫਾਈਆਂ ਜਿਹੜੀਆਂ ਮੈਂ ਸ਼ਾਮ ਨੂੰ ਕਰੂੰਗੀ, ਬਰਾਂਡੇ ਦੀ ਅਤੇ ਬਾਥਰੂਮਾਂ ਦੀ ਸਫਾਈ ਸੀ ਅਤੇ ਕੱਪੜੇ ਧੋਣੇ, ਮੈਂ ਨਹਾ ਤੋਂ ਆਪਾਂ ਸ਼ਾਮ ਨੂੰ ਲਵਾਂਗੇ। ਬਟ ਇੱਦਾਂ ਹੋਇਆ ਹੀ ਨਹੀਂ, ਅਤੇ ਸੋ ਪਹਿਲਾਂ ਹੀ ਕਰਨਾ ਪਿਆ। ਅਤੇ ਇੱਥੇ ਆਪਣਾ ਜਿਹੜਾ ਤੜਕਾ ਸੀ ਭੁੱਜ ਗਿਆ, ਮੈਂ ਨਾ ਬਾਹਰ ਚਲੇ ਗਈ ਸੀ ਪਾਣੀ ਲੈਣ, ਅਤੇ ਉਨੀ ਚਿਰ ਨੂੰ ਕੜਾਹੀ ਨਾਲ ਨਾ ਥੋੜ੍ਹਾ ਜਿਹਾ ਲੱਗ ਕੇ ਅਤੇ ਸੜ ਗਿਆ, ਅਤੇ ਵੈਸੇ ਮੈਂ ਲਾਇਆ ਨਹੀਂ ਕਿਉਂਕਿ ਇੱਕ ਸਮੈਲ ਜਿਹੀ ਆਉਣੀ ਸੀ ਵਿੱਚੋਂ, ਇੰਨੇ ਚਿਰ 'ਚ ਹੀ ਸੜ ਗਿਆ ਕਿਉਂਕਿ ਲਾਉਂਦੇ ਰਹੀਏ ਨਾ, ਅਤੇ ਫਿਰ ਹੁੰਦਾ ਵਾ। ਅਤੇ ਲਓ ਜੀ ਆਪਣਾ ਭੁੱਜ ਕੇ ਥੋੜ੍ਹਾ ਜਿਹਾ ਰਹਿ ਗਿਆ ਸੀ, ਪਨੀਰ ਵੀ ਬਿਲਕੁਲ ਥੋੜ੍ਹਾ ਜਿਹਾ ਸੀ, ਉਹ ਮੈਂ ਟੁਕੜਿਆਂ ਦੇ ਵਿੱਚ ਕੱਟ ਲਿਆ ਸੀ। ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਲੂਣ ਮਿਰਚ ਹਲਦੀ ਅਤੇ ਮਸਾਲਾ ਅਤੇ ਦੇਗੀ ਮਿਰਚ ਪਾ ਦਾਂਗੇ ਥੋੜ੍ਹੀ ਜਿਹੀ ਜਿਹੜੀ ਸਬਜ਼ੀ ਦਾ, ਵੈਸੇ ਵੀ ਲਾਲ ਲਾਲ ਹੀ ਹੋਣੀ ਸੀ ਟਮਾਟਰਾਂ ਦੇ ਨਾਲ, ਅਤੇ ਚਲੋ ਉਂਝ ਵੀ ਮੈਂ ਕਿਹਾ ਚਲੋ ਟੇਸਟੀ ਜਿਹੀ ਬਣ ਜੂਗੀ। ਅਤੇ ਸੋ ਇੱਥੇ ਬਸ ਆਪਣੀ ਸਬਜ਼ੀ ਬਣ ਗਈ ਸੀ, ਅਤੇ ਬਾਹਰ ਹੋਰ ਭਾਂਡੇ ਹੋ ਗਏ ਸੀ ਮਾਂਜਣ ਵਾਲੇ, ਮੰਮੀ ਉਹ ਦੇ ਪਏ ਸੀ ਮਾਂਜਣ, ਅਤੇ ਸਿਕੰਦਰ ਸੁਲਤਾਨ ਉਹਨਾਂ ਦੀ ਮਸਤੀ ਚੱਲਣ ਦੀ ਸੀ। ਮੈਂ ਨਾ ਪਨੀਰ ਦੇ ਟੁਕੜੇ ਕੱਟ ਕੇ ਰੱਖੇ ਸੀ, ਸਿਕੰਦਰ ਨੇ ਨਾ ਦੋ ਕੌਲੀਆਂ ਫੜੀਆਂ ਅਤੇ ਵਿੱਚ ਪੀਸ ਪਾ ਕੇ ਅਤੇ ਲੈ ਗਿਆ, ਇੱਕ ਕੌਲੀ 'ਚ ਆਪਣੇ ਵਾਸਤੇ, ਇੱਕ ਕੌਲੀ ਦੇ ਵਿੱਚ ਸੁਲਤਾਨ ਵਾਸਤੇ। ਅਤੇ ਇਹੋ ਜਿਹੀਆਂ ਸ਼ਰਾਰਤਾਂ ਬਹੁਤ ਕਰਦਾ, ਖਾਣ ਪੀਣ ਵਾਲੀ ਕੋਈ ਵੀ ਚੀਜ਼ ਪਈ ਹੋਊਗੀ ਨਾ ਕੌਲੀ ਦੇ ਵਿੱਚ ਪਾ ਕੇ ਲੈ ਜਾਊਗਾ। ਵੈਸੇ ਨਾ ਮੈਨੂੰ ਇੰਨਾ ਯਾਦ ਭੁੱਲ ਗਿਆ, ਮੈਂ ਨਾ ਜਲਦੀ ਜਲਦੀ 'ਚ ਸਬਜ਼ੀ ਬਣਾਈ, ਮੈਨੂੰ ਨਾ ਪਨੀਰ ਥੋੜ੍ਹਾ ਜਿਹਾ ਤਲ ਲੈਣਾ ਚਾਹੀਦਾ ਸੀ, ਬਟ ਮੈਂ ਤਲਿਆ ਨਹੀਂ, ਮੈਂ ਉਂਝ ਹੀ ਵਿੱਚ ਪਾ ਦਿੱਤਾ। ਚਲੋ ਕੋਈ ਨਾ, ਪਹਿਲੀ ਵਾਰ ਕੋਸ਼ਿਸ਼ ਤਾਂ ਕੀਤੀ ਹੈ, ਚਲੋ ਅਗਲੀ ਵਾਰ ਸਾਰਾ ਕੁਝ ਸਹੀ ਬਣ ਜੂਗਾ। ਅਤੇ ਪਰ ਨਾ ਸਬਜ਼ੀ ਬਹੁਤ ਟੇਸਟੀ ਬਣੀ ਸੀ, ਕਿਉਂਕਿ ਮੈਂ ਇਹ ਨਹੀਂ ਕਹਿਣਾ ਚਾਹੁੰਦੀ ਕਿ ਮੈਂ ਬਹੁਤ ਟੇਸਟੀ ਬਣਾਈ, ਮੈਂ ਝੂਠ ਨਹੀਂ ਬੋਲਣਾ ਚਾਹੁੰਦੀ, ਕਿਉਂਕਿ ਜਿਹੋ ਜਿਹੀ ਬਣੀ ਫਿਰ ਉਹੋ ਜਿਹੀ ਦੱਸਣੀ ਆ। ਅਤੇ ਇੱਥੇ ਆਪਾਂ ਰਿੱਝਣ ਵਾਸਤੇ ਢੱਕਤੀ ਸੀ, ਅਤੇ ਜਦੋਂ ਬਣ ਕੇ ਅਤੇ ਰੈਡੀ ਹੋ ਗਈ ਸੀ, ਸਾਰਾ ਕੁਝ ਟਿਫਨ ਦੇ ਵਿੱਚ ਪੈ ਗਿਆ, ਉਦੋਂ ਮੇਰੇ ਕੋਲ ਕੋਈ ਵੀਡੀਓ ਸ਼ੂਟ ਨਹੀਂ ਹੋਈ, ਕਿਉਂਕਿ ਟਾਈਮ ਹੀ ਨਹੀਂ ਮਿਲੇ। ਫਿਰ ਜਲਦੀ ਜਲਦੀ 'ਚ ਇਹਨਾਂ ਨੇ ਰੋਟੀ ਪਵਾ ਕੇ ਲੈ ਗਏ, ਅਤੇ ਬਸ ਥੋੜ੍ਹੀ ਜਿਹੀ ਰੱਖੀ ਸੀ ਆਪਣੇ ਘਰ ਵਾਸਤੇ, ਉਹ ਵੀ ਉਦੋਂ ਹੀ ਖਾਧੀ ਗਈ। ਅਤੇ ਇੱਥੇ ਤੁਹਾਨੂੰ ਮੈਂ ਦੱਸਿਆ ਸੀ ਰੋਟੀ ਪਾਣੀ ਬਣਾ ਕੇ ਕੱਲ੍ਹ ਦਿੱਤਾ ਸੀ, ਬਟ ਇਹਨਾਂ ਨੇ ਮੁੰਡਿਆਂ ਨੇ ਮੈਨੂੰ ਪੈਣ ਨਹੀਂ ਦਿੱਤਾ, ਐਡੇ ਢੀਠ ਹੈ ਨਾ ਦੋਨੋਂ ਜਾਣੇ, ਅਤੇ ਮੈਨੂੰ ਪੈਣ ਨਹੀਂ ਦਿੱਤਾ। ਅਤੇ ਫਿਰ ਮਹਾਂ ਬਰਾਂਡੇ ਦੇ ਵਿੱਚ ਗਾਹ ਬਹੁਤ ਮੱਚਿਆ, ਉੱਦਾਂ ਦਾ ਹੀ ਬਰਾਂਡਾ ਧੋਤਾ ਜਿੱਦਾਂ ਦਾ ਸਰਦਾਰ ਜੀ ਉਹਨਾਂ ਨੇ ਧਵਾਇਆ, ਅਤੇ ਝਾੜੂ ਉਂਝ ਨਹੀਂ ਫਿਰਦਾ ਕਿਉਂਕਿ ਫੇਰਦੀ ਹੈ ਨਾ, ਜੇ ਪਾਣੀ ਤਰੌਂਕ ਕੇ ਵੀ ਫੇਰਦੀ ਹੈ ਨਾ, ਘੱਟਾ ਬਹੁਤ ਉੱਡਦਾ ਬਾਹਰੋਂ, ਇੰਨੀ ਜ਼ਿਆਦਾ ਮਿੱਟੀ ਆਉਂਦੀ ਨਾ, ਇੰਨਾ ਜ਼ਿਆਦਾ ਨਾ ਕੁਛ ਸਾਂ ਵੀ ਨਹੀਂ, ਅਤੇ ਜੇ ਪਾਣੀ ਤਰੌਂਕ ਕੇ ਬੱਕਰ ਫੇਰਦੀ ਉਹ ਮਿੱਟੀ ਉੱਥੇ ਜੰਮ ਜਾਂਦੀ ਹੈ, ਅਤੇ ਜੇ ਉਂਝ ਫੇਰਦੀ ਹਾਂ ਫਿਰ ਤਾਂ ਘੱਟਾ ਬਹੁਤ ਉੱਡਦਾ ਅਤੇ ਕੱਪੜਿਆਂ 'ਤੇ ਪੈਂਦਾ, ਅਤੇ ਜਦੋਂ ਪਾਣੀ ਨਾਲ ਸਾਫ਼ ਕਰ ਲਈਦਾ ਫਿਰ 2-4 ਦਿਨ ਸੌਖੇ ਲੰਘ ਜਾਂਦੇ ਆ, ਬੱਕਰ ਫੇਰਨ ਦੀ ਵੀ ਨਹੀਂ ਲੋੜ ਪੈਂਦੀ, ਝਾੜੂ ਲਗਾਉਣ ਦੀ ਵੀ ਨਹੀਂ ਲੋੜ ਪੈਂਦੀ। ਚਲੋ ਉਹ ਤਾਂ ਮਾੜਾ ਮੋਟਾ ਘੱਟਾ ਮਿੱਟੀ ਆਉਂਦਾ, ਬਟ ਇੰਨਾ ਕਿ ਥੋੜ੍ਹਾ ਥੋੜ੍ਹਾ ਸਾਫ਼ ਜਿਹਾ ਲੱਗਦਾ ਰਹਿੰਦਾ ਵਾ ਕਿ ਹਾਂ ਝਾੜੂ ਪੋਚਾ ਕੀਤਾ ਹੋਇਆ ਵਾ, 4 ਦਿਨ ਸੌਖੇ ਲੰਘ ਜਾਂਦੇ ਆ, ਬਾਅਦ ਵਿੱਚ ਫਿਰ ਉਹੀ ਹਾਲ ਹੋ ਜਾਂਦਾ, ਕਿਉਂਕਿ ਤੁਹਾਨੂੰ ਪਤਾ ਬਾਹਰ ਫਿਰ ਕੰਧਾਂ ਦੀ ਤਰਾਈ ਹੁੰਦੀ ਆ, ਵਿਹੜੇ ਦੇ ਵਿੱਚ ਪਾਣੀ ਤਰੌਂਕੀਦਾ ਵਾ, ਇੱਟਾਂ ਦੀ ਤਰਾਈ ਹੁੰਦੀ, ਉਹ ਥਾਂ ਗਿੱਲਾ ਹੋ ਚੱਪਲਣ ਅਲੱਗ ਅਲੱਗ ਅੰਦਰੋਂ ਦਾ ਥਾਂ ਹੀ ਪੱਕਾ, ਬਾਕੀ ਸਾਰੇ ਆਪਣੇ ਕੱਚਾ ਹੀ ਆ। ਅਤੇ ਸੋ ਇਸ ਕਰਕੇ ਬਰਾਂਡਾ ਆਪਣਾ ਬਹੁਤ ਗੰਦਾ ਹੋ ਜਾਂਦਾ,
ਘਰੇ ਨਹੀਂ ਸੀ ਕੋਈ ਵੀ ਹੈਗਾ, ਮੈਂ ਸੀ, ਮੰਮੀ ਅਤੇ ਸਿਕੰਦਰ ਸੁਲਤਾਨ ਹੋਣੀ ਸੀ, ਅਸੀਂ ਚਾਰੋਂ ਜਾਣੇ ਹੀ ਘਰੇ ਸੀ। ਅਤੇ ਇੱਥੇ ਟਾਈਮ ਮੇਰੇ ਖਿਆਲ ਨਾਲ 2-2:30 ਵਜੇ ਦਾ ਟਾਈਮ ਸੀ। ਇਹਨਾਂ ਨੇ ਮੈਨੂੰ ਸੌਣ ਨਹੀਂ ਦਿੱਤਾ, ਵੈਸੇ ਮੈਂ ਸੌਂ ਜਾਣਾ ਸੀ। ਫਿਰ ਮੈਂ ਸੋਚਿਆ ਕਿ ਚਲੋ ਸਫਾਈ ਕਰ ਲੈਂਦੇ ਆਪਾਂ, ਅਤੇ ਬਰਾਂਡੇ ਦੀ ਕਲੀਨਿੰਗ ਕਰਕੇ ਮੈਂ ਕੱਪੜੇ ਮਸ਼ੀਨ ਦੇ ਵਿੱਚ ਪਾਈ ਸੀ। ਅਤੇ ਉਸ ਤੋਂ ਬਾਅਦ ਮੈਂ ਬਾਥਰੂਮਾਂ ਦੀ ਕਲੀਨਿੰਗ ਕੀਤੀ। ਉਦੋਂ ਮੈਂ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਕਿਉਂਕਿ ਉੱਥੇ ਸਿਕੰਦਰ ਸੁਲਤਾਨ ਹੋਣੀ ਨਹਾਉਂਦੇ ਸੀ, ਮਸਤੀ ਕਰਨ ਦਿਆ ਸੀ, ਮੈਂ ਤਾਂ ਨਹੀਂ ਵੀਡੀਓ ਸ਼ੂਟ ਕੀਤੀ। ਅਤੇ ਮੰਮੀ ਵੀ ਜਿਹੜੇ ਰੋਟੀ ਪਾਣੀ ਵਾਲੀ ਭਾਂਡੇ ਸੀ, ਚਾਹ ਲਏ ਸੀ, ਉਹ ਮੰਜਣ ਦਿਆ ਸੀ। ਅਤੇ ਫਿਰ ਕੱਪੜੇ ਵੀ ਥੋੜ੍ਹੇ ਜਿਹੇ ਸੀ, ਬਸ ਮਸ਼ੀਨ ਦੇ ਵਿੱਚ ਪਾ ਕੇ, ਹੰਘਾਲ ਕੇ, ਸੁਕਾ ਕੇ ਮੰਜਿਆਂ 'ਤੇ ਸੁੱਕਣੇ ਪਾ ਤੇ, ਸਾਰੀ ਦਿਹਾੜੀ ਉੱਧਰ ਲੱਗੇ ਨੇ। ਫਿਰ ਬਾਹਰ ਥੋੜ੍ਹਾ ਜਿਹਾ ਗਲੀ ਦੇ ਵਿੱਚ ਕਾਫ ਜਿਹਾ ਪੁੱਟਣ ਵਾਲਾ ਸੀ, ਉੱਧਰ ਮੈਂ ਅਤੇ ਮੰਮੀ ਕੰਮ ਕਰਦੇ ਰਹੇ ਬਾਹਰ, ਅਤੇ ਬੱਚੇ ਫਿਰ ਨਹਾ ਧੋ ਕੇ 4 ਵਜੇ ਨੂੰ ਸੌਂ ਗਏ। ਸਾਨੂੰ ਤਾਂ ਸ਼ਾਮਾਂ ਹੀ ਪੈ ਗਏ ਕਿਉਂਕਿ ਸਾਡੇ ਨਾ ਨਿੱਕੇ ਮੋਟੇ ਕੰਮ ਸਫਾਈਆਂ ਵਾਲੇ ਪੈ ਸੀ, ਅਸੀਂ ਉੱਧਰ ਹੀ ਹੱਥ ਪੈਰ ਮਾਰਦੇ ਰਹੇ। ਇਹ ਵੀ ਜ਼ਰੂਰੀ ਆ, ਬਟ ਉੱਧਰ ਵੀਡੀਓ ਨਹੀਂ ਮੈਂ ਸ਼ੂਟ ਕੀਤੀ। ਅਤੇ ਚਲੋ ਕੋਈ ਨਾ, ਅਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸੋ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਅੱਜ ਆਪਣਾ ਬਰਾਂਡਾ ਫਿਰ ਤੋਂ ਚਮਕ ਗਿਆ ਵਾ, ਅਤੇ ਸਫਾਈ ਵੈਸੇ ਡੇਲੀ ਹੁੰਦੀ ਰਹੇ ਤਾਂ ਚੰਗੀ ਗੱਲ ਆ, ਨਹੀਂ ਤਾਂ ਬਹੁਤ ਗਾਂਹ ਮੱਚ ਜਾਂਦਾ ਵਾ ਬਰਾਂਡੇ 'ਚ, ਤਾਂ ਜ਼ਿਆਦਾ ਹੀ ਮੱਚਦਾ ਨਾ ਕਿਉਂਕਿ ਸਾਰੇ ਫਿਰ ਇੱਥੇ ਬਹਿੰਦੇ ਖਲੋਂਦੇ ਆ, ਬੱਚੇ ਚਾਹ ਦੁੱਧ ਵੀ ਰੋੜ ਦਿੰਦੇ ਆ, ਕੋਈ ਪਤਾ ਨਹੀਂ ਲੱਗਦਾ ਇਹਨਾਂ ਦਾ। ਅਤੇ ਇੱਥੇ ਵੈਸੇ ਮੇਰਾ ਇਰਾਦਾ ਕਿ 4th ਦਿਨ ਮਤਲਬ ਪਾਣੀ ਫਿਰਦਾ ਹੀ ਰਹੇ ਤਾਂ ਬਹੁਤ ਵਧੀਆ ਗੱਲ ਆ, ਸਾਫ਼ ਸਫਾਈ ਰਹਿੰਦੀ ਆ ਕਿਉਂਕਿ ਸਾਫ਼ ਸਫਾਈ ਆਪਣੀ ਸਿਹਤ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ, ਅਤੇ ਖਾਸ ਕਰਕੇ ਬੱਚਿਆਂ ਲਈ। ਚਲੋ ਆਪਣਾ ਇੱਥੇ ਬਰਾਂਡਾ ਵੀ ਕਲੀਨ ਹੋ ਗਿਆ, ਅਤੇ ਹੁਣ ਮੈਂ ਬਾਹਰ ਜਾ ਕੇ ਸਾਫ਼ ਸਫਾਈਆਂ ਕਰੂੰਗੀ, ਆਪਾਂ ਨੂੰ ਸ਼ਾਮਾਂ ਪੈ ਜਾਣੀਆਂ। ਅਤੇ ਅੱਜ ਦੇ ਵਲੋਗ 'ਚ ਸਿਰਫ ਇੰਨਾ ਹੀ ਕਿਉਂਕਿ ਮੇਰੇ ਤੋਂ ਜ਼ਿਆਦਾ ਵੀਡੀਓ ਨਹੀਂ ਸ਼ੂਟ ਹੋਈ। ਮੈਂ ਇੱਥੇ ਵੀ ਵੀਡੀਓ ਸ਼ੂਟ ਕਰਨ ਦੀ, ਸੁਲਤਾਨ ਨੇ ਨਾ ਟ੍ਰਾਈਪੋਡ ਸੁੱਟ ਤਾ ਨੀਚੇ ਵੱਜਾ ਫੋਨ, ਮੈਨੂੰ ਤਾਂ ਇਹ ਸੀ ਕਿ ਮੇਰਾ ਫਿਰ ਤੋਂ ਕੈਮਰਾ ਟੁੱਟ ਗਿਆ। ਇੱਕ ਦਿਨ ਪਹਿਲਾਂ ਵੀ ਇਹਨਾਂ ਨੇ ਮੇਰਾ ਫੋਨ ਦਾ ਕੈਮਰਾ ਇਵੇਂ ਤੋੜਿਆ ਸੀ, ਅਤੇ ਪਰ ਹੁਣ ਬਚਾਅ ਹੋ ਗਿਆ ਮੇਰੇ ਫੋਨ ਦਾ। ਅਤੇ ਇੱਥੇ ਚਲੋ ਜੀ ਆਪਣਾ ਜਿਹੜਾ ਬਰਾਂਡਾ ਵਾ ਸਾਰਾ ਕਲੀਨ ਹੋ ਗਿਆ। ਅਤੇ ਅੱਜ ਦਾ ਵਲੋਗ ਕਿੱਦਾਂ ਦਾ ਲੱਗਾ ਸਾਰੇ ਜਣਿਆਂ ਨੇ ਜ਼ਰੂਰ ਕਮੈਂਟ ਕਰਕੇ ਦੱਸਣਾ, ਅਤੇ ਜਿਹੜੇ ਮੇਰੇ ਚੈਨਲ 'ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ, ਅਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ। ਅਤੇ ਸੋ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਕਰਦੇ ਹਾਂ ਐਂਡ, ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਨਾਲ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਓਕੇ ਬਾਏ, ਟੇਕ ਕੇਅਰ।